ਅੱਗੇ ਵੱਧ ਜਾ ਬਈ ਬੋਲਦ ਕਹਿੰਦੇ ਡਰਦਾ ਵੇ ਪਿੱਛੇ ਹਟ ਜਾ ਪਿੱਛੇ ਮਨ ਮਾਰੇ ਸਾਰੇ ਜਾਣੇ ਲੱਗ ਗਿਆ ਸੁਖਿੰਦਰ ਟਾਈਮ ਲੱਗ ਗਿਆ ਇੱਕ ਇੱਕ ਬਈ ਬਈ ਨੇਕ ਸਿੰਘ ਮੱਖੜਿਆਂ ਦੇ ਆ ਦੋਨੋਂ ਹੀ ਢਹਿ ਪਈ ਤੋਂ ਜਿਹੜੀ ਪੈਨ ਰੂਪੀ ਕਾਰ ਜਿੱਤੀ ਹੈ ਉਹਦਾ ਜੇਤੂ ਵਾਰਾ ਸੀਗਾ ਚਾਰ ਢਹਿ ਪਈ ਤੋਂ ਇਹਦਾ ਇੱਕ ਰਿਕਾਰਡ ਬਣਾਇਆ ਨੇਕ ਸਿੰਘ ਮੱਖੜਿਆਂ ਨੇ ਪਹਿਲਾ ਨਾਮ ਢਹਿ ਪਈ ਛੇ ਤੇ ਉਦਣੇ ਉੱਤੇ ਪਹਿਲਾ ਨਾਮ ਦੋ ਨਾਮ ਇਕੱਠੇ ਜਿੱਤੇ ਉਸ ਗੋਲਡ ਸੱਤ ਸਵਾਦ ਵਾਲੀ ਗੱਲ ਹੈ ਹਰਨੇਕ ਸਿੰਘ ਜੀ ਬਠਿੰਡਾ ਕਨੇਡਾ ਤੋਂ ਆ ਕੇ ਆਪਣੇ ਸ਼ੌਕ ਬਾਲਦਾ ਸੁਖਵਿੰਦਰ ਸਿੰਘ ਹਕਾਵਾ ਕਰਨਾ ਢੇਸੀਆਂ ਵਾਲਾ ਸਿਰੇ ਦੀਆਂ ਜੋੜੀਆਂ ਜੇਤੂ ਹੈ ਟੈਪਈ ਦੀ ਅਲਟੋ ਕਾਰ ਦਾ ਤੇ ਗਿਆਰਾਂ ਉਸੇ ਹੀ ਦਿਨ ਦੌੜਾਂ ਸੀਗੀਆਂ ਅੱਟੇ ਦੇ ਵਿੱਚ ਉਦੋਂ ਵੀ ਪਹਿਲਾ ਹੀ ਨੰਬਰ ਸਤਾਰਾਂ ਬਹੁਤ ਵਧੀਆ ਜੋੜੀ ਭਜਦੀ ਹੈ ਤੇਰਾਂ ਇੱਕ ਮਿੰਟ ਪੌੜੇ ਚੌਦਾਂ ਗਿਰੇ ਪੰਦਰਾਂ ਬਹੁਤ ਵਧੀਆ ਜੋੜੀ ਸੋਲਾਂ ਸਤਾਰਾਂ ਅਠਾਰਾਂ ਬਈ ਕੁਲਵੀਰ ਸਿੰਘ ਜੀ ਉਹਨੇ ਸ਼ੇਰ ਗਿੱਲ ਜਿਹੜੇ ਕਨੇਡਾ ਤੋਂ ਸਾਡੇ ਕੋਲ ਆਏ ਆ 51,100 ਰੁਪਇਆ 52,100 ਰੁਪਇਆ ਦੇਤਾ ਕਹਿੰਦੇ 51 ਮੰਗਦੇ 100 ਹੋਰ ਵਧੇ ਬਲਦਾਂ ਦੇ ਨਾਮ ਚ ਬਦਲਾਂ ਜੀ ਥੋੜਾ ਦੇ ਗਿਆ 100 ਰੁਪਇਆ ਸਵਾਦ ਆ ਗਿਆ ਸਵਾਦ ਗੱਲ ਦਾ ਤੇ ਇਹ ਵੀ ਸਿਰੇ ਦੀ ਆ ਜਿਹੜੀ ਤੁਸੀਂ ਦੇਖਣ ਆਏ ਆ ਤੇ ਤੁਹਾਡਾ ਬਿੱਲ ਵੀ ਬਹੁਤ ਆ 24 ਬਹੁਤ ਵਧੀਆ ਜੋੜੀ ਤੁਹਾਨੂੰ ਪਰਚੀ ਦੇ ਦੇਣੀ ਅਸੀਂ ਹੁਣੇ ਕੱਟ ਕੇ 25 ਬੱਲੇ ਆ ਸੁਖਵਿੰਦਰਾ 26 ਕਾਨਾ ਢੇਸੀਆਂ ਵਾਲਾ ਦੇਣੀ ਵੀ ਉਹ ਐਡੀ ਹੱਕ ਨਾਲ ਜੋੜੀਆਂ 2 ਮਿੰਟਾਂ ਦੇ 27 ਗੇੜੇ ਜੀ ਬਹੁਤ ਵਧੀਆ ਬਹੁਤ ਸਿਰੇ ਦੀਆਂ ਜੋੜੀਆਂ ਸ਼ਾਬਾਸ਼ 29 ਤੇ ਬਈ ਪਿੱਛੇ ਹਟ ਜਾਓ ਬੋਲ ਨਾ ਡਰ ਜਾਣ ਮੇਰੇ ਦੀ ਗਲਤੀ ਨਾ ਕਰੋ ਬੱਤੇ ਹਕਾਵਿਆ ਉਹਨੇ ਤਾਂ ਜ਼ੋਰ ਮਾਲਕ ਦਾ ਬੁਰਾ ਲੱਗਿਆ ਵਾ ਵੀ ਹਿੱਲੇ ਹੋਣਾ ਪਾਓ ਬੱਤੇ ਨੇਕ ਸਿੰਘ ਜੀ ਬਠਿੰਡੇ 10,000 ਰੁਪਇਆ ਜਿਹੜਾ ਲਾਈਵ ਦੀ ਸੇਵਾ ਉਹਨਾਂ ਵੱਲੋਂ ਆਇਆ ਹੈ 34 ਲਾਈਵ ਚੱਲਦਾ ਹੈ ਬੜੀ ਕਿਰਪਾ ਪਰਮਾਤਮਾ ਦੀ ਪੈਸੇ ਵੀ ਬਣਾਇਆ ਪਿਆ 36 ਬੱਲੇ ਉਹ ਸੁਖਵਿੰਦਰਾ 37 ਸ਼ਾਬਾਸ਼ 78 ਬਹੁਤ ਵਧੀਆ 39 ਤੇ ਬੱਲੇ ਦੇਖੋ ਇਹ 3 ਮਿੰਟ ਹੋ ਗਏ ਜੀ ਪੂਰਾ 40 ਗੇੜਾ ਜੀ ਕਿੰਨਾ ਮਿੰਟ 41 42 ਇੱਕ ਜਣੇ ਨੇ ਬੋਲੀ ਜਾਣਾ ਕੋਟ ਵਾਲਿਓ 43 ਗਲਤ ਕੰਮ ਨਾ ਕਰੋ ਹਰਨੇਕ ਸਿੰਘ ਹੈਗਾ ਉਧਰ ਦੂਆ ਖੜਾ ਕੋਲ 44 ਤੁਸੀਂ ਨਾ ਪਾਓ ਰਣਾ 45 46 47 48 49 50 ਬਹੁਤ ਸਵਾਦ ਵਾਲੀ ਗੱਲ ਹੋ ਪਈ ਹੈ ਰੰਗ ਵਰਸਦੇ ਰੰਗ ਜਾ ਉਹ ਬੱਲੇ ਬੱਲੇ ਆ ਸੁਖਵਿੰਦਰਾ 52 ਬਹੁਤ ਵਧੀਆ 53 54 ਬਹੁਤ ਵਧੀਆ ਸ਼ਾਬਾਸ਼ 55 56 57 58 ਸ਼ਾਬਾਸ਼ 60 ਕਾਟ ਆਹ ਬੱਲੇ ਬਾਟ 63
ਸੁੰਦਰਾ ਬੈਠ ਕੇ ਚੁੱਪ ਬੈਠ ਕੇ ਪੇਟ ਸ਼ਿਆਪ ਅੰਬਲੇ ਸਤਾਪ ਅਠਾਪ ਬੱਲਾ ਸਿਕੰਦਰਾ ਉਨੱਤਰ ਆਖਰੀ ਜਿਹੜਾ ਬਈ ਸ਼ਾਬਾਸ਼ ਸੱਤਰ ਬਈ ਮਾਰੇ ਤਾੜੀਆਂ ਸਾਰੇ ਜਣੇ ਖੁਸ਼ ਹੋ ਗਏ ਕਿਉਂਕਿ ਇਹ ਵੀ ਸੇਵਾ ਵੀ ਬਹੁਤ ਹੈ ਹਰਨੇਕ ਸਿੰਘ ਦੀ ਕੈਨੇਡਾ ਤੋਂ ਆ ਕੇ ਦੌੜਾਂ ਦਾ ਇਹ ਜਿਹੜਾ ਸ਼ੌਕ ਹੈ ਇਹ ਪੂਰਾ ਕਰਦਾ ਟੈਮ ਸੁਣ ਲਓ ਪੰਜ ਮਿੰਟ ਤੇਈ ਸੈਕਿੰਡ 97 ਮਿੰਟ ਬਈ ਤਾੜੀਆਂ ਦਾ ਮਾਨੀਏ ਬਣਿਆ ਡਬਲ ਬਹੁਤ ਵਧੀਆ ਪਰਮਾਤਮਾ ਹਰੇਕ ਦੇ ਬੋਲਦਾ ਨੂੰ ਜਿੱਤ ਬਖਸ਼ੇ ਇਹ ਸਾਡੀ ਦੁਆ ਹੈ ਅਸੀਂ ਵੀ ਸਤਿਕਾਰ ਕਰਦੇ ਹਾਂ।